ਪਰ ਜੋ ਉਹਦੀ ਅਸੀਂ ਪਟੀਸ਼ਨ ਸਟਾਰਟ ਕੀਤੀ ਸਾਢੇ ਪੰਜ ਮਹੀਨਿਆਂ ਤੋਂ ਜੂਨ ਤੋਂ ਲੈ ਕੇ ਹੁਣ ਤੱਕ ਜੋ ਅਸੀਂ ਵੇਖਿਆ ਜੀ ਉਹਦੇ ਵਿੱਚ 25,000 ਅਸੀਂ ਦਸਤਖਤ ਕਰਵਾ ਚੁੱਕੇ ਜੀ ਹੱਥਾਂ ਨਾਲ। ਸੋ 25,000 ਦਸਤਖਤ ਨਹੀਂ ਹੈਗੇ ਜੀ, ਉਹ 25,000 ਦੁਖੀ ਕਹਾਣੀਆਂ। ਸਰਕਾਰ ਵਾਸਤੇ ਅਫੋਰਡੇਬਿਲਟੀ ਦਾ ਇਸ਼ੂ ਹੈਗਾ, ਪਰ ਦੂਜੇ ਬੰਨੇ ਜਿਹੜੇ ਲੈਂਡ ਲਾਰਡ ਆ, ਜਿਹੜੇ ਆਪਣੀ ਮਿਹਨਤ ਕਰਦੇ ਆ, ਦੋ ਟੁੱਕੜ ਜੋੜ ਕੇ ਆਪਣਾ ਘਰ ਤਿਆਰ ਕਰਦੇ ਆ, ਉਹਨਾਂ ਦੀ ਇਨਵੈਸਟਮੈਂਟ ਵਾਸਤੇ ਕਿਸੇ ਨੂੰ ਫਿਕਰ ਨਹੀਂ ਹੈਗਾ। ਜਿੱਦਣ ਡਿਸਪਿਊਟ ਸਟਾਰਟ ਹੋ ਗਿਆ ਜੀ, ਉੱਦਾਂ ਹੀ ਕਿਰਾਏਦਾਰ ਨੇ ਤੁਹਾਨੂੰ ਕਿਰਾਇਆ ਦੇਣਾ ਬੰਦ ਕਰ ਦੇਣਾ, ਇਹ ਤਾਂ ਪੱਥਰ ਦੀ ਲਕੀਰ ਆ। ਪੁਰਾਣੇ ਕਿਰਾਏਦਾਰ ਨੂੰ ਘਰੋਂ ਕੱਢਣਾ, ਨਵੇਂ ਨੂੰ ਰੱਖਣਾ ਵਾ, ਉਹ ਇੱਕ ਐਵਰੇਜ ਜਿਹੜਾ ਰੈਂਟ ਬੈਂਕ ਹੈਗਾ ਉਹਦੇ ਬੇਸ 'ਤੇ ਤੁਸੀਂ ਨਵੇਂ ਕਿਰਾਏਦਾਰ ਨੂੰ ਆਪਣਾ ਕਿਰਾਏ 'ਤੇ ਘਰ ਦੇ ਦਿਓ, ਸਾਰਾ ਮਸਲਾ ਸੋਲਵ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਸਾਡੇ ਤੋਂ ਲੈਂਡ ਲਾਰਡਾਂ ਦੇ ਸਿਰ ਤੋਂ ਕਈ ਬਿਲੀਅਨ ਡਾਲਰ ਪ੍ਰੋਪਰਟੀ ਟ੍ਰਾਂਸਫਰ ਟੈਕਸ ਦੇ ਤੌਰ 'ਤੇ ਜਾਂ ਪ੍ਰੋਪਰਟੀ ਟੈਕਸ ਤੌਰ 'ਤੇ ਇਕੱਠੇ ਕਰਦੇ ਹੋ, ਸਾਨੂੰ ਇੰਸ਼ੋਰੈਂਸ ਦਿਓ। ਦੋਸਤੋ ਹਾਜ਼ਰਾਂ, ਅੱਜ ਇੱਕ ਬਹੁਤ ਮਹੱਤਵਪੂਰਨ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ। ਮਸਲਾ ਇਹ ਆ ਕਿ ਪੂਰੇ ਕੈਨੇਡਾ ਦੇ ਵਿੱਚ ਘਰਾਂ ਦੀ ਘਾਟ ਆ, ਘਰਾਂ ਦੀ ਘਾਟ ਆ ਮਤਲਬ ਰਹਿਣ ਵਾਲੇ ਜ਼ਿਆਦਾ ਆ, ਘਰ ਘੱਟ ਆ। ਇੱਕ ਡਿਸਪਿਊਟ ਬੜੇ ਲੰਬੇ ਸਮੇਂ ਤੋਂ ਚੱਲਿਆ ਆਉਂਦਾ ਵੀ ਇੱਕ ਜਿਹੜਾ ਘਰ ਦਾ ਮਾਲਕ ਆ ਅਤੇ ਇੱਕ ਉਹਦੇ ਵਿੱਚ ਕਿਰਾਏਦਾਰ ਰਹਿੰਦਾ। ਕੁਛ ਲੋਕਾਂ ਨੂੰ ਇੱਦਾਂ ਲੱਗਦਾ ਕਿ ਜਿਹੜੇ ਕਿਰਾਏਦਾਰ ਨੇ ਉਹ ਧੱਕਾ ਕਰ ਜਾਂਦੇ ਆ ਮਾਲਕ ਦੇ ਨਾਲ, ਕੁਛ ਲੋਕਾਂ ਨੂੰ ਇੱਦਾਂ ਲੱਗਦਾ ਕਿ ਜਿਹੜੇ ਮਾਲਕ ਆ ਮਕਾਨ ਦਾ ਉਹ ਕਿਰਾਏਦਾਰਾਂ ਦੇ ਨਾਲ ਧੱਕਾ ਕਰ ਜਾਂਦਾ ਜਾਂ ਉਹਨਾਂ ਨੂੰ ਅਬਿਊਜ਼ ਕਰ ਜਾਂਦਾ। ਇੱਕ ਪਟੀਸ਼ਨ ਜਿਹੜੀ ਕੀਤੀ ਜਾ ਰਹੀ ਆ ਪਿਛਲੇ ਸਮੇਂ ਦੇ ਵਿੱਚੋਂ, ਜਿਹਦੇ ਵਿੱਚ ਜਿਹੜੇ ਘਰਾਂ ਦੇ ਮਾਲਕ ਨੇ ਉਹ ਇਹ ਕਹਿ ਰਹੇ ਆ ਕਿ ਸਰਕਾਰ ਜਿਹੜੇ ਕਿਰਾਏਦਾਰ ਨੇ ਟੈਨੈਂਟਸ ਨੇ ਉਹਨਾਂ ਨੂੰ ਜ਼ਿਆਦਾ ਪ੍ਰੋਟੈਕਟ ਕਰ ਰਹੀ ਆ ਔਰ ਉਹਨਾਂ ਨੂੰ ਇੰਨੇ ਕੁ ਅਧਿਕਾਰ ਦੇ ਦਿੰਦੇ ਆ ਕਿ ਜਿਹੜੇ ਉਹਨਾਂ ਦੇ ਵਿੱਚੋਂ ਕੁਛ ਸ਼ਰਾਰਤੀ ਅੰਸਰ ਹੁੰਦੇ ਆ ਉਹ ਉਹਨਾਂ ਨਿਯਮਾਂ ਦੀ ਦੁਰਵਰਤੋਂ ਕਰਕੇ ਮਾਲਕਾਂ ਨੂੰ ਪਰੇਸ਼ਾਨ ਕਰਦੇ ਆ ਅਤੇ ਉਹਨਾਂ ਦਾ ਨੁਕਸਾਨ ਕਰ ਜਾਂਦੇ ਆ। ਇਹ ਮਾਮਲਾ ਕੀ ਆ? ਬਲਦੀਪ ਸਿੰਘ ਹੁਣੀ ਸਾਡੇ ਨਾਲ ਨੇ, ਜਿਹੜੇ ਇਸ ਕੰਮ ਨੂੰ ਬੜੇ ਐਕਟਿਵਲੀ ਅੱਗੇ ਲੈ ਕੇ ਜਾ ਰਹੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਬਲਦੀਪ ਸਿੰਘ ਜੀ, ਆਮ ਤੌਰ 'ਤੇ ਇੱਦਾਂ ਹੁੰਦਾ ਵੀ ਜਿਹੜੀ ਤਕੜੀ ਧਿਰ ਹੁੰਦੀ ਆ ਉਹ ਮਾੜੇ ਨਾਲ ਧੱਕਾ ਕਰ ਜਾਂਦੀ ਆ, ਅਤੇ ਇੱਥੇ ਤਕੜੀ ਧਿਰ ਜਿਹੜੀ ਕੁਦਰਤੀ ਤੌਰ 'ਤੇ ਮਕਾਨ ਦੇ ਮਾਲਕ ਨੇ, ਅਤੇ ਆਪਾਂ ਇਹ ਕਹਿ ਰਹੇ ਹਾਂ ਕਿ ਜਿਹੜੇ ਕਿਰਾਏਦਾਰ ਨੇ ਉਹ ਮਾਲਕਾਂ ਦੇ ਨਾਲ ਧੱਕਾ ਕਰ ਜਾਂਦੇ, ਕਿੱਦਾਂ ਹੁੰਦਾ ਜੀ ਇਹ? ਜਿਸ ਕਾਰਨ ਪਤਾ ਕਿ ਇੱਕ ਨਾ ਬਹੁਤ ਵੱਡੀ ਨਾ ਇੱਕ ਪਿਕਚਰ ਪੋਰਟਰੇਟ ਕੀਤੀ ਗਈ ਆ, ਜਿਹੜੀ ਤੁਸੀਂ ਪਿਕਚਰ ਦੇਖੋਗੇ ਤੁਸੀਂ ਉਹਦੇ ਤੋਂ ਹੀ ਅਰਥ ਉਹਦੇ ਲੈਣੇ ਸ਼ੁਰੂ ਕਰੋਗੇ। ਪਿਛਲੇ ਸਮੇਂ ਵਿੱਚ ਇਹੋ ਹੀ ਇੱਕ ਪਿਕਚਰ ਪੋਰਟਰੇ ਕੀਤੀ ਗਈ ਆ ਮੀਡੀਆ ਵਿੱਚ ਕਿ ਜਿਹੜਾ ਟੈਲੈਂਟ ਹੈ ਉਹੀ ਇੱਕ ਵਿਕਟਮ ਧਿਰ ਆ, ਕਿਉਂਕਿ ਹੁੰਦਾ ਕੀ ਸੀਗਾ, ਜਿਹੜਾ ਜੇਕਰ ਕਿਰਾਏਦਾਰ ਨੂੰ ਕੋਈ ਛੋਟੀ ਜਿਹੀ ਪ੍ਰੋਬਲਮ ਹੈਗੀ ਆ, ਉਹਨਾਂ ਦੀਆਂ ਸੰਸਥਾਵਾਂ ਬਹੁਤ ਵੱਡੀਆਂ ਵਾ, ਉਹ ਮੀਡੀਆ ਜਾ ਕੇ ਗੱਲ ਕਰਦੇ ਆ, ਮੀਡੀਆ ਜਦੋਂ ਗੱਲ ਕਰਦੇ ਉਹ ਪਬਲਿਕ ਦੀ ਸਿੰਪਥੀ ਕ੍ਰੀਏਟ ਕਰਦੇ ਆ, ਜਦੋਂ ਪਬਲਿਕ ਦੀ ਸੰਪਥੀ ਮਿਲਦੀ ਆ ਉਹ ਸਰਕਾਰਾਂ ਨੂੰ ਵਕਤ ਪੈ ਜਾਂਦਾ, ਸਰਕਾਰਾਂ ਉਹਨਾਂ ਦੇ ਕਾਨੂੰਨ ਚੇਂਜ ਕਰਦੀਆਂ। ਜਿਹੜਾ ਮਕਾਨ ਮਾਲਕ ਆ ਜੀ, ਉਹ ਜਦੋਂ ਸਫ਼ਰ ਕਰਦਾ ਜੀ ਉਹ ਮੀਡੀਆ ਸਾਹਮਣੇ ਗੱਲ ਨਹੀਂ ਕਰਦਾ, ਉਹਨੂੰ ਸਿੰਪਥੀ ਨਹੀਂ ਮਿਲਦੀ। ਸੋ ਇਸ ਕਰਕੇ ਮਾਰਕੀਟ ਦੇ ਵਿੱਚ ਇੱਕ ਪਿਕਚਰ ਪੋਰਟਰੇ ਕੀਤੀ ਗਈ ਆ ਕਿ ਜਿਹੜਾ ਟੈਲੈਂਟ ਆ ਉਹ ਵਿਕਟਮ ਆ ਅਤੇ ਲੈਂਡਲੋਰਡ ਉਹ ਗਰੀਡੀ ਆ। ਪਰ ਜੋ ਉਹਦੀ ਅਸੀਂ ਪਟੀਸ਼ਨ ਸਟਾਰਟ ਕੀਤੀ ਸਾਢੇ ਪੰਜ ਮਹੀਨਿਆਂ ਤੋਂ ਜੂਨ ਤੋਂ ਲੈ ਕੇ ਹੁਣ ਤੱਕ ਜੋ ਅਸੀਂ ਵੇਖਿਆ ਜੀ ਉਹਦੇ ਵਿੱਚ 25,000 ਅਸੀਂ ਦਸਤਖਤ ਕਰਵਾ ਚੁੱਕੇ ਜੀ ਹੱਥਾਂ ਨਾਲ। ਸੋ 25,000 ਦਸਤਖਤ ਨਹੀਂ ਹੈਗੇ ਜੀ, ਉਹ 25,000 ਦੁਖੀ ਕਹਾਣੀਆਂ ਵਾ, 25,000 ਪੀੜਤ ਲੋਕ ਆ। ਸੋ ਇਹਦਾ ਮਤਲਬ ਹੈ ਕਿ ਉਹ ਇਸ਼ੂ ਇੱਕ ਬਹੁਤ ਵੱਡਾ ਵਾ ਕਿ ਜੇਕਰ ਉਹ ਤੇਰਾ ਆਪਣੇ ਆਪ ਨੂੰ ਪੀੜਤ ਕਹਿੰਦੀ ਆ, ਦੂਜੇ ਬੰਨੇ ਵੀ ਜਿਹੜੀ ਸਾਈਡ ਆਫ ਦਾ ਸਟੋਰੀ ਹੈਗੀ ਕਿ ਲੈਂਡ ਲਾਰਡ ਵੀ ਉਸੇ ਹੀ ਤਰ੍ਹਾਂ ਚੱਕੀ ਦੇ ਦੋ ਪੁੜਾਂ ਵਿੱਚ ਪਿਸ ਰਹੇ ਆ ਟੈਨੈਂਸੀ ਲਾਅ ਦੇ ਕਰਕੇ। ਟੈਨੈਂਸੀ ਲਾਅ ਉਹਨਾਂ ਦੇ ਹੱਕ ਵਿੱਚ ਆ, ਮਾਲਕ ਦੀ ਕੋਈ ਨਹੀਂ ਸੁਣਦਾ। ਬਿਲਕੁਲ ਸਰ, ਜੇਕਰ ਤੁਸੀਂ ਕਾਨੂੰਨ ਵੇਖੋਗੇ ਹੁਣ ਜਿਵੇਂ ਗਵਰਨਮੈਂਟ ਨੇ 2017 ਤੋਂ ਲੈ ਕੇ 2022 ਤੱਕ ਲਾਅ ਦੇ ਵਿੱਚ ਇੰਨੀਆਂ ਮਲਟੀਪਲ ਚੇਂਜਸ ਕੀਤੀਆਂ, ਜੇਕਰ ਤੁਸੀਂ RTB ਦੇ ਡਿਸੀਜਨ ਪੜੋਗੇ, ਸੁਪਰੀਮ ਕੋਰਟ ਦੇ ਡਿਸੀਜਨ ਪੜੋਗੇ, ਜਿਹੜੇ 25,000 ਲੈਂਡ ਲਾਰਡ ਜਿਨ੍ਹਾਂ ਨੇ ਦਸਤਖਤ ਕੀਤੇ ਆ ਉਹ ਰੋ ਰੋ ਕੇ ਆਪਣੀਆਂ ਗੱਲਾਂ ਦੱਸਦੇ ਆ ਕਿ ਜਦੋਂ ਅਸੀਂ ਟੈਨੈਂਸੀ ਬੋਰਡ ਦੇ ਕੋਲ ਜਾਂਦੇ ਹਾਂ ਸਾਰਾ ਕਾਨੂੰਨ ਆ ਉਹ 100% ਟੈਨੈਂਟ ਦੇ ਹੱਕ ਵਿੱਚ ਆ ਉਹਨਾਂ ਨੂੰ, ਕਿਉਂਕਿ ਸਰਕਾਰ ਵਾਸਤੇ ਹੈਗਾ ਅਫੋਰਡੇਬਿਲਟੀ ਇਸ਼ੂ, ਸਰਕਾਰ ਵਾਸਤੇ ਇਸ਼ੂ ਆ ਕਿ ਇਹ ਬਹੁਤ ਹਮਾਤੜ ਜਮਾਤ ਆ, ਸਰਕਾਰ ਵਾਸਤੇ ਇਸ਼ੂ ਆ ਕਿ ਜੇਕਰ ਘਰੋਂ ਚਲੇ ਗਏ ਵਿਚਾਰੇ ਹੋਮਲੈਸ ਹੋ ਜਾਣਗੇ, ਸਰਕਾਰ ਵਾਸਤੇ ਅਫੋਰਡੇਬਿਲਟੀ ਦਾ ਇਸ਼ੂ ਹੈਗਾ। ਪਰ ਦੂਜੇ ਬੰਨੇ ਜਿਹੜੇ ਲੈਂਡ ਲਾਰਡ ਆ, ਜਿਹੜੇ ਆਪਣੀ ਮਿਹਨਤ ਕਰਦੇ ਆ, ਦੋ ਟੁੱਕੜ ਜੋੜ ਕੇ ਆਪਣਾ ਘਰ ਤਿਆਰ ਕਰਦੇ ਆ, ਉਹਨਾਂ ਦੀ ਇਨਵੈਸਟਮੈਂਟ ਵਾਸਤੇ ਕਿਸੇ ਨੂੰ ਫਿਕਰ ਨਹੀਂ ਹੈਗਾ ਜੀ, ਰਾਈਟ? ਸੋ ਇਸ ਕਰਕੇ ਉਹ ਜਿਹੜਾ ਬੈਲੈਂਸ ਆ ਉਹ ਬੈਲੈਂਸ ਹੈ ਨਹੀਂ। ਸੋ ਜਿਹੜੀ ਕਿਸ਼ਤੀ ਆ ਉਹ ਬਹੁਤ ਡਾਵਾਂ ਡੋਲ ਆ, ਜਿਹਦੇ ਕਰਕੇ ਕਿਰਾਏਦਾਰਾਂ ਦੇ ਹੱਕ ਬਹੁਤ ਜ਼ਿਆਦਾ ਆ, ਲੈਂਡ ਲਾਰਡ ਇਸ ਵੇਲੇ ਬਹੁਤ ਵੱਡੀ ਪੱਧਰ 'ਤੇ ਸਫ਼ਰ ਕਰ ਰਹੇ ਆ। ਤੁਹਾਨੂੰ ਕੀ ਲੱਗਦਾ ਕਿ ਲੈਂਡ ਲਾਰਡ ਨੂੰ ਕਿਹੜਾ ਹੋਰ ਅਧਿਕਾਰ ਹੋਣਾ ਚਾਹੀਦਾ? ਕੀ ਉਹ ਅਧਿਕਾਰ ਦਾ ਅਬਿਊਜ਼ ਨਹੀਂ ਹੋਊਗਾ ਕਿਤੇ ਜਾ ਕੇ? ਦੇਖੋ, ਜਿਸ ਕਾਰਨ ਆਪਾਂ ਕੋਈ ਜੱਗੋਂ ਤੇਰ ਦੀ ਗੱਲ ਨਹੀਂ ਕਰ ਰਹੇ, ਆਪਾਂ ਕਿਸੇ ਬਾਹਰਲੇ ਵਰਲਡ ਦੀ ਗੱਲ ਨਹੀਂ ਕਰ ਰਹੇ, ਆਪਾਂ ਤਾਂ ਗੱਲ ਕਰ ਰਹੇ ਜੋ ਕੈਨੇਡਾ ਦੇ ਵਿੱਚ ਹੈਗਾ। 2017 ਤੋਂ ਪਹਿਲਾਂ ਫਿਕਸ ਟਰਮ ਟੈਨੈਂਸੀ ਸੀਗੀ, ਹੁਣ ਨਾ ਹੈਗਾ ਫਿਕਸ ਟਰਮ। ਹੁਣ ਜੇ ਤੁਸੀਂ ਮੇਰੇ ਨਾਲ ਕੋਈ ਕੰਟਰੈਕਟ ਕਰੋ, ਤੁਹਾਡੇ ਮਨ 'ਚ ਇੱਕੋ ਗੱਲ ਆਉਣੀ ਕਿ ਫਿਕਸ ਟਰਮ, ਇੱਕ ਤਰੀਕ ਸ਼ੁਰੂ ਹੋਈ ਦੂਜੇ ਦਿਨ ਖਤਮ ਹੋ ਗਈ। ਹੁਣ ਕਹਿਣ ਨੂੰ ਤਾਂ ਫਿਕਸ ਟਰਮ ਹੈ ਜੀ BC ਵਿੱਚ, ਪਰ ਜਿੱਦਣ ਫਿਕਸ ਟਰਮ ਖਤਮ ਹੁੰਦੀ ਆ ਉਹ ਮੰਥ ਟੂ ਮੰਥ ਕਨਵਰਟ ਹੋ ਜਾਂਦੀ ਹੈ। ਹੁਣ ਜੇ ਬਾਕੀ ਸੂਬੇ ਅਲਬਰਟਾ ਵਾ, ਨੋਵਾ ਸਕੋਸ਼ੀਆ ਵਾ, ਸਸਕੈਚੁਅਨ ਆ, ਨਿਊ ਫਾਊਂਡਲੈਂਡ ਐਗਜ਼ਾਮਪਲਾਂ ਵਾ, ਜੇ ਉੱਥੇ ਫਿਕਸ ਟਰਮ ਹੈਗੀ ਆ ਤਾਂ BC ਵਿੱਚੋਂ ਕਿਉਂ ਇਲਿਮੀਨੇਟ ਕੀਤੀ?
ਸੋ ਕਹਿਣ ਦਾ ਮਤਲਬ ਕਿ ਜਿਹੜਾ ਹੁਣ ਦੂਜਾ ਵੱਡਾ ਇਸ਼ੂ ਹੈਗਾ, ਹੁਣ ਬਹੁਤ ਸਾਰੇ ਕਿਰਾਏਦਾਰ ਆ ਕਿ ਜਿੱਦਾਂ ਡਿਸਪਿਊਟ ਤੁਹਾਡਾ ਸ਼ੁਰੂ ਹੁੰਦਾ ਜੀ, ਉੱਦਣ ਜਿਹੜਾ ਕਿਰਾਏਦਾਰ ਤੁਹਾਨੂੰ ਕਿਰਾਇਆ ਦੇਣਾ ਬੰਦ ਕਰ ਦਿੰਦਾ। ਹੁਣ ਅੱਜ ਦੀ ਡੇਟ ਵਿੱਚ 18 ਹਫ਼ਤਿਆਂ ਦਾ ਟਾਈਮ ਹੈ ਜੀ ਆਰਟੀਬੀ ਦੇ ਵਿੱਚ, ਕਈ ਥਾਵਾਂ 'ਤੇ 4-4 5-5 ਮਹੀਨੇ ਵੀ ਲਗਾਤਾਰ ਉੱਥੇ ਲੱਗ ਰਹੇ ਆ। ਜਿੱਦਣ ਡਿਸਪਿਊਟ ਸਟਾਰਟ ਹੋ ਗਿਆ ਜੀ, ਉੱਦਣ ਹੀ ਕਿਰਾਏਦਾਰ ਨੇ ਤੁਹਾਨੂੰ ਕਿਰਾਇਆ ਦੇਣਾ ਬੰਦ ਕਰ ਦੇਣਾ, ਇਹ ਤਾਂ ਪੱਥਰ ਦੀ ਲਕੀਰ ਆ। ਫਿਰ ਜਾਣ ਲੱਗਿਆ ਤੁਹਾਡੀ ਪ੍ਰੋਪਰਟੀ ਨੂੰ ਡੈਮੇਜ ਕਰਦੇ ਆ ਜੀ। ਫਿਰ ਜੇ ਤੁਸੀਂ ਉਹਨੂੰ ਘਰੋਂ ਕੱਢਣਾ ਜੀ, ਤੁਹਾਨੂੰ ਬੈਲਿਫ ਦੀ ਕੋਸਟ ਪੈਂਦੀ 15-20 ਹਜ਼ਾਰ। ਕਹਿਣ ਦਾ ਮਤਲਬ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਇੱਕ ਮਕਾਨ ਮਾਲਕ ਨੂੰ ਇੱਕ ਆਪਣੇ ਇੱਕ ਤਾਂ ਫਰਸਟ੍ਰੇਸ਼ਨ ਆ ਜੀ, ਇੱਕ ਹੈਡੇਕ ਆ, ਪਲੱਸ ਉਹ ਜਿਹੜਾ ਫਾਈਨੈਂਸ਼ੀਅਲ ਲੌਸ ਚੱਲ ਰਿਹਾ ਵਾ 30-35 ਹਜ਼ਾਰ 40 ਹਜ਼ਾਰ, ਉਹਦੀ ਭਰਪਾਈ ਕੌਣ ਕਰੂਗਾ ਜੀ? ਨਾ ਤਾਂ ਸਰਕਾਰ ਤੁਹਾਡੀ ਬਾਂਹ ਫੜਦੀ ਪਈ ਆ, ਅਤੇ ਨਾ ਹੀ ਤੁਸੀਂ ਟੈਨੈਂਟ ਕੋਲ ਰਿਕਵਰੀ ਕਰ ਸਕਦੇ ਹੋ। ਸੋ ਮਕਾਨ ਮਾਲਕ ਕਿੱਥੇ ਜਾਵੇਗਾ? ਜਿਹੜਾ ਹੁਣ ਫਿਕਸ ਟਰਮ ਆ, ਜੇ ਮੰਨ ਲਓ 30 ਤਰੀਕ ਨੂੰ ਫਿਕਸ ਟਰਮ ਖਤਮ ਹੋ ਗਈ, ਇਹਦਾ ਮਤਲਬ ਇਹ ਨਹੀਂ ਹੋਊਗਾ ਕਿ ਅਗਲੇ ਦਿਨ ਉਹ ਕਿਰਾਏਦਾਰ ਜਿਹੜਾ ਉਹਨਾਂ ਨੂੰ ਕੱਢ ਕੇ ਅਤੇ ਨਵੇਂ ਕਿਰਾਏਦਾਰ ਬਹੁਤ ਜ਼ਿਆਦਾ ਕਿਰਾਏ ਦੇ ਉੱਤੇ ਰੱਖ ਲਊਗਾ, ਅਤੇ ਫਿਰ ਜਿਹੜਾ ਸਰਕਾਰ ਨਿਯਮ ਬਣਾਉਂਦੀ ਆ ਵੀ ਤੁਸੀਂ 3.5% ਕਿਰਾਇਆ ਇਸ ਸਾਲ ਦੇ ਵਿੱਚ ਵਧਾ ਸਕਦੇ ਹਾਂ, ਉਹਦਾ ਤਾਂ ਫਿਰ ਕੀ ਅਰਥ ਰਹਿ ਜੂਗਾ? ਦੇਖੋ ਜਿਸ ਕਾਰਨ, ਹਾਂ ਦੇਖੋ, ਸਰਕਾਰ ਇੱਕ ਲੌਜਿਕ ਇਹ ਦੇ ਰਹੀ ਆ ਕਿ ਬਈ ਅਸੀਂ ਜਦੋਂ ਫਿਕਸ ਟਰਮ ਨੂੰ ਰੀਇਨਸਟੇਟ ਕੀਤਾ ਸੀਗਾ, ਕੁਝ ਵਿਕੇਟ ਕਲੋਜ਼ ਉਹਨਾਂ ਨੇ ਪਾ ਦਿੱਤੀ ਸੀ ਕਿ ਤੁਸੀਂ ਵਿਕੇਟ ਕਲੋਜ਼ ਨੂੰ ਖਤਮ ਨਹੀਂ ਕਰ ਸਕਦੇ, ਕਿ ਤੁਸੀਂ ਘਰ ਨੂੰ ਖਾਲੀ ਨਹੀਂ ਕਰਾ ਸਕਦੇ। ਸਰਕਾਰ ਨੇ ਤਰਕ ਦਿੱਤਾ ਸੀਗਾ ਕਿ ਅਸੀਂ ਇੱਕ ਲੂਪ ਹੋਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਕਿ ਲੋਕ ਕਿਰਾਇਆ ਨਾ ਵਧਾਉਣ, ਕਿ ਜਿਹੜੇ ਲੈਂਡ ਲੋਰਡ ਦੀ ਪਿਕਚਰ ਕੀਤੀ ਜਾਂਦੀ ਕਿ ਲੈਂਡ ਲੋਰਡ ਗਰੀਡੀ ਆ। ਅਸੀਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਦੇਖੋ, ਹੁਣ ਜੇ ਮੇਰੇ ਘਰ 'ਚ ਕੋਈ ਕਿਰਾਏਦਾਰ ਹੈਗਾ ਜੀ, ਬਹੁਤ ਚੰਗਾ ਵਾ ਜੀ, ਹੈ ਨਾ ਜੀ, ਮੇਰੇ ਘਰ 'ਚ ਹੁਣ ਕਿਰਾਏਦਾਰ ਨਹੀਂ ਹੈ ਜੀ, ਉਹ 11 ਸਾਲ ਤੋਂ ਹੈਗੇ ਆ ਜੀ, ਮੈਨੂੰ ਕਦੀ ਪ੍ਰੋਬਲਮ ਹੀ ਨਹੀਂ ਆਈ ਜੀ, ਨਾ ਮੈਂ ਕਦੀ ਉਹਦਾ ਕਦੀ ਕਿਰਾਇਆ ਵਧਾਇਆ, ਨਾ ਮੇਰੇ ਉਹਦੇ ਨਾਲ ਕਦੀ ਤੂੰ ਮੈਂ ਹੋਈ। ਮੈਂ ਚੰਗੇ ਕਿਰਾਏਦਾਰ ਨੂੰ ਕਿਉਂ ਆਪਣੇ ਘਰੋਂ ਕੱਢੂੰਗਾ ਜੀ? ਪ੍ਰੋਬਲਮ ਸਰ ਉਹਨਾਂ ਦੀ ਇਸ ਕਾਰਨ ਕਿ ਜਿਹੜੇ ਬੰਦੇ ਪ੍ਰੋਬਲਮੈਟਿਕ ਆ, ਜਿਹੜੇ ਬੰਦੇ ਪ੍ਰੋਫੈਸ਼ਨਲ ਟੈਲੈਂਟ ਆ, ਜਿਹੜੇ ਤੁਹਾਨੂੰ ਅੱਜ ਤੰਗ ਕਰਕੇ ਗਏ, ਤੁਹਾਡੇ ਘਰ ਦਾ ਕਿਰਾਇਆ 4 ਮਹੀਨੇ ਮਾਰ ਗਏ, ਫਿਰ ਕੱਲ੍ਹ ਨੂੰ ਮੇਰੇ ਘਰ ਆ ਗਏ, ਮੇਰਾ ਮਾਰ ਕੇ ਚਲੇ ਗਏ, ਕੱਲ੍ਹ ਨੂੰ ਕਿਸੇ ਦਾ ਘਰ ਦਾ ਚਲ ਗਏ। ਸੋ ਜੇ ਸਰਕਾਰ ਨੂੰ ਇਹ ਫਿਕਰ ਆ ਕਿ ਹਾਂ ਵੀ ਅਸੀਂ ਕਿਰਾਏਦਾਰ ਨੂੰ ਘਰੋਂ ਬਾਹਰ ਕੱਢਦੇ ਪਏ ਹਾਂ ਅਤੇ ਰੈਂਟ ਇਸ਼ੂ ਆ, ਇਸੇ ਕਰਕੇ ਅਸੀਂ ਤਜਵੀਜ਼ ਪੇਸ਼ ਕਰ ਰਹੇ ਹਾਂ ਕਿ ਤੁਸੀਂ ਇੱਕ ਰੈਂਟ ਕੰਟਰੋਲ ਮਾਰਕੀਟ ਰੈਂਟ ਬੈਂਕ ਜਿਹੜਾ ਹੈਗਾ ਉਹ ਇਸਟੈਬਲਿਸ਼ ਕੀਤਾ ਜਾਵੇ ਪ੍ਰੋਵਿੰਸ ਵਾਈਡ, ਕਿ ਜੇਕਰ ਤੁਸੀਂ ਪੁਰਾਣੇ ਕਿਰਾਏਦਾਰ ਨੂੰ ਘਰੋਂ ਕੱਢਣਾ, ਨਵੇਂ ਨੂੰ ਰੱਖਣਾ ਵਾ, ਉਹ ਇੱਕ ਐਵਰੇਜ ਜਿਹੜਾ ਰੈਂਟ ਬੈਂਕ ਹੈਗਾ ਉਹਦੇ ਬੇਸ 'ਤੇ ਤੁਸੀਂ ਨਵੇਂ ਕਿਰਾਏਦਾਰ ਨੂੰ ਆਪਣਾ ਕਿਰਾਏ 'ਤੇ ਘਰ ਦੇ ਦਿਓ, ਸਾਰਾ ਮਸਲਾ ਸੋਲਵ ਹੈ ਜੀ। ਜੇ ਡਿਸਪਿਊਟ ਚੱਲ ਪਿਆ ਕਿਰਾਏਦਾਰ ਦੇ ਨਾਲ, ਉਹਨੇ ਕਿਰਾਇਆ ਦੇਣਾ ਬੰਦ ਕਰ ਦਿੱਤਾ, ਪ੍ਰੋਪਰਟੀ ਨੂੰ ਨੁਕਸਾਨ ਕਰ ਗਿਆ, ਇੱਕ ਦਿਨ ਤਾਂ ਕੇਸ ਖਤਮ ਹੋਊਗਾ, ਕੀ ਉਸ ਦਿਨ ਉਹ ਜਿਹੜਾ ਡੈਮੇਜ ਆ ਜਾਂ ਪਹਿਲਾਂ ਡੈਮੇਜ ਡਿਪੋਜ਼ਿਟ ਉਹ ਦੇ ਕੇ ਜਾਂਦਾ ਆ, ਉਹਦੇ ਨਾਲ ਉਹਦੀ ਪੂਰਤੀ ਨਹੀਂ ਹੁੰਦੀ ਮਕਾਨ ਮਾਲਕ ਦੀ, ਜਾਂ ਕੋਰਟ ਫਿਰ ਕੁਛ ਨਹੀਂ ਕਰਦੀ ਇਹਦੇ 'ਚ? ਜਿਸ ਕਾਰਨ ਹੁਣ ਦੇਖੋ ਨਾ, ਹੁਣ ਮੰਨ ਲਓ ਕੋਈ ਕਿਰਾਏਦਾਰ ਦਾ ਕਿਰਾਇਆ 2000 ਆ ਜੀ, ਜਿਹੜਾ ਉਹਦਾ ਡਿਪੋਜ਼ਿਟ ਹੈਗਾ ਜੀ ਡੈਮੇਜ ਡਿਪੋਜ਼ਿਟ ਜਸਟ ਹਾਫ ਆਫ ਦਾ ਮੰਥ ਹੈ ਜੀ, $1100, ਹੈ ਨਾ ਜੀ। ਹੁਣ ਤੁਹਾਡੇ ਘਰ ਦਾ ਨੁਕਸਾਨ ਤਾਂ ਕਰਕੇ ਜੀ 40 ਹਜ਼ਾਰ ਦਾ, ਅਤੇ ਤੁਸੀਂ $1000 ਨਾਲ ਉਹਦੀ ਕੀ ਭਰਪਾਈ ਕਰੋਗੇ? ਜੇ ਤੁਸੀਂ ਕਿਰਾਏਦਾਰ ਨੂੰ ਸਮਾਲ ਕਲੇਮ 'ਚ ਲੈ ਵੀ ਜਾਂਦੇ, ਆਰ ਟੀ ਵੀ ਤੁਹਾਡੇ ਅਗੇਂਸਟ, ਤੁਹਾਡੇ ਕਿਰਾਏਦਾਰ ਦੇ ਅਗੇਂਸਟ ਡਿਸਾਈਡ ਵੀ ਕਰ ਦਿੰਦੀ, ਮੋਨੀਟਰੀ ਆਰਡਰ ਵੀ ਕਰ ਦਿੰਦੀ ਆ, ਤੁਸੀਂ ਉਹਨੂੰ ਸਮਾਲ ਕਲੇਮ 'ਚ ਪਾਸ ਵੀ ਕਰ ਲਿਆ, ਤੁਸੀਂ ਸੁਪਰੀਮ ਕੋਰਟ ਤੋਂ ਆਰਡਰ ਵੀ ਲੈ ਲਿਆ, ਸਭ ਤੋਂ ਵੱਡਾ ਸਰ ਚੈਲੇਂਜ ਆਉਂਦਾ ਕਿ ਤੁਸੀਂ ਕਿਰਾਏਦਾਰ ਨੂੰ ਲੋਕੇਟ ਕਿੱਥੋਂ ਕਰਨਾ? ਉਹਦਾ ਕੋਈ ਐਡਰੈਸ ਨਹੀਂ, ਉਹਦੀ ਕੋਈ ਇਨਫੋਰਮੇਸ਼ਨ ਨਹੀਂ, ਉਹ ਤੁਹਾਨੂੰ ਅਤਾ ਪਤਾ ਨਹੀਂ ਕੋਈ ਦੇ ਕੇ ਜਾਂਦਾ। ਜੇ ਤੁਸੀਂ ਖੁਦਾ ਨਾ ਖਾਸ ਤੁਹਾਨੂੰ ਲੋਕੇਟ ਕਰ ਵੀ ਲਿਆ ਜੀ, ਤਾਂ ਤੁਸੀਂ ਉਹਦੇ ਕੋਲ ਮਨੀ ਰਿਕਵਰ ਕਿੱਦਾਂ ਕਰਨੀ ਜੀ? ਹੋਰ ਕਹਿਣਾ ਜੀ, ਮੇਰੇ ਕੋਲ ਪੈਸਾ ਹੀ ਨਹੀਂ ਹੈਗਾ ਜੀ, ਨਾ ਉਹਦਾ ਕੋਈ ਘਰ ਆ ਜੀ, ਨਾ ਤੁਸੀਂ ਉਹਦੇ ਕੋਲ ਲੀਨ ਪਾ ਸਕਦੇ ਆ। ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਸਾਡੇ ਤੋਂ ਲੈਂਡ ਲੋਡਾਂ ਦੇ ਸਿਰ ਤੋਂ ਕਈ $1 ਬਿਲੀਅਨ ਪ੍ਰੋਪਰਟੀ ਟ੍ਰਾਂਸਫਰ ਟੈਕਸ ਦੇ ਤੌਰ 'ਤੇ ਜਾਂ ਪ੍ਰੋਪਰਟੀ ਟੈਕਸ ਤੌਰ 'ਤੇ ਇਕੱਠੇ ਕਰਦੇ ਹੋ, ਸਾਨੂੰ ਇੰਸ਼ੋਰੈਂਸ ਦਿਓ ਕਿ ਜੇ ਸਾਡਾ ਕਿਰਾਇਆ ਮਰਦਾ, ਸਾਡੀ ਪ੍ਰੋਪਰਟੀ ਨੂੰ ਡੈਮੇਜ ਹੁੰਦਾ, ਕੋਈ ਇੰਸ਼ੋਰੈਂਸ ਪ੍ਰੋਗਰਾਮ ਤਿਆਰ ਕਰ ਦਿਓ, ਵੈਰੀ ਮਿਨੀਮਮ, ਕਿ ਸਾਨੂੰ ਵੀ ਸਿਕਿਉਰਿਟੀ ਹੋਵੇ। ਗਵਰਨਮੈਂਟ ਜੇ ਪ੍ਰੋਪਰਟੀ ਟ੍ਰਾਂਸਫਰ ਟੈਕਸ ਇਕੱਠਾ ਕਰਦੀ ਆ, ਉਹਦੇ 'ਚ ਫਾਈਨੈਂਸ਼ੀਅਲ ਪੂਲ ਤਿਆਰ ਕਰੋ, ਘੱਟੋ ਘੱਟ ਸਾਨੂੰ ਕੋਈ ਸਿਕਿਉਰਿਟੀ ਹੋਵੇ ਕਿ ਹਾਂ ਵੀ ਸਾਡਾ ਜਿਹੜਾ ਪੈਸਾ ਹੈਗਾ ਉਹਦੀ ਅਸੀਂ ਕਿਤੇ ਨਾ ਕਿਤੇ ਉਹਦੇ ਭਰਪਾਈ ਕਰ ਸਕੀਏ। ਪਟੀਸ਼ਨ ਰਿਸਪੌਂਸ ਕਿੱਦਾਂ ਦੇ, ਤੁਹਾਨੂੰ ਕੀ ਲੱਗਦਾ ਵੀ ਨਿਯਮ ਬਦਲਣਗੇ ਇਹਦੇ ਨਾਲ? ਹੁਣ ਜਦੋਂ ਜਿਸ ਕਾਰਨ ਅਸੀਂ ਜੂਨ 'ਚ ਕੰਮ ਸ਼ੁਰੂ ਕੀਤਾ ਸੀ, ਉਦੋਂ ਲੱਗਦਾ ਸੀਗਾ ਕਿ ਕੰਮ ਸ਼ਾਇਦ ਪ੍ਰੋਬਲਮ ਛੋਟੀ ਆ, ਹੈ ਨਾ, ਪਰ ਹੁਣ ਪਹਿਲਾਂ ਨਾ ਇੱਕ ਲੋਕਾਂ ਦੇ ਮਨ 'ਚ ਇਹ ਪਿਕਚਰ ਸੀ ਕਿ ਇਕੱਲੇ ਇਹ ਪੰਜਾਬੀਆਂ ਦਾ ਇਸ਼ੂ ਆ, ਪਰ ਅਸੀਂ ਉਸ ਸਪਿਰਿਟ ਨੂੰ ਤੋੜ ਦਿੱਤਾ। ਹੁਣ ਪਟੀਸ਼ਨ 'ਤੇ 25,000 ਦਸਤਖਤ ਹੋ ਚੁੱਕੇ ਆ, ਉਹ ਇਕੱਲੇ ਸਰੀ ਤੋਂ ਨਹੀਂ ਹੋਏ ਸਰ, ਨੌਰਥ ਵੈਨਕੂਵਰ, ਕਲੋਨਾ, ਕੈਮਲੂਪਸ, ਮੇਰਠ, ਅਸੋਇਸ, ਪੰਟਿੰਗਟਨ, ਪ੍ਰਿੰਸ ਜਾਰਜ, ਵੈਨਕੂਵਰ, ਐਬਟਸਫੋਰਡ, ਚਿਲਾਵੈਕ, ਹੋਪ, ਕੋਕੇਸ਼ੀਅਨ, ਚੀਨੇ, ਪਰਸ਼ੀਅਨ ਭਾਈਚਾਰਾ, ਜੈਪਨੀਜ਼, ਨੌਰਥ ਕੋਰੀਅਨ, ਮੁਸਲਮਾਨ ਭਾਈਚਾਰਾ, ਸਾਰੇ ਭਾਈਚਾਰੇ ਉਹਦੇ 'ਚ ਸਾਨੂੰ ਸਹਿਯੋਗ ਦੇ ਰਹੇ ਆ, ਆਪ ਸਾਡੀਆਂ ਸ਼ੀਟਾਂ ਘਰੋਂ ਘਰ ਜਾ ਕੇ ਸਾਈਨ ਕਰਵਾ ਰਹੇ। ਸੋ ਕਹਿਣ ਦਾ ਮਤਲਬ ਇਹ ਆ ਕਿ ਇਸ਼ੂ ਇਕੱਲਾ ਸੈਂਟਰਲਾਈਜ਼ਡ ਇੱਕ ਭਾਈਚਾਰੇ ਨਾਲ ਜਾਂ ਇੱਕ ਸ਼ਹਿਰ ਦਾ ਨਹੀਂ ਹੈਗਾ, ਇਹ ਇੱਕ ਬਿੱਗ ਆ। ਗਵਰਨਮੈਂਟ ਨੂੰ ਸੋਚਣਾ ਪੈਣਾ, ਠੀਕ ਹੈ, ਇੱਕ ਬੰਨੇ ਕਿਰਾਏਦਾਰ ਦੇ ਹੱਕ, ਅਸੀਂ ਕੋਈ ਵੱਖਰਾ ਕੁਝ ਮੰਗਦੇ ਨਹੀਂ ਪਏ, ਅਸੀਂ ਤਾਂ ਕਹਿੰਦੇ ਫੇਅਰ, ਅਸੀਂ ਕੋਈ ਵੀ ਗੱਲ ਪਟੀਸ਼ਨ ਵਿੱਚ ਟੈਨਰ ਦੇ ਖਿਲਾਫ ਨਹੀਂ ਕਹਿ ਰਹੇ ਕਿ ਹਾਂ ਵੀ ਦੇਖੋ ਬਹੁਤ ਸਾਰੇ ਟੈਨਰ ਬਹੁਤ ਵਧੀਆ ਵਾ। ਇੱਕ ਛੋਟਾ ਜਿਹਾ ਗਰੁੱਪ ਆ
जैनुअन आ, साड़ियाँ मंगा बोनाफाइड आ एंड फैक्ट बेस्ड आ, उन्होंने प्लीज़ लिसन किया जाए जी। होर जिहड़े कई साडे दर्शक इस गल दे नाल सहमत होणगे जां तुहाडे तक अप्रोच करना चाहुंदे आ जां पटीशन तक, उन्हां दे लई कोई कॉन्टैक्ट जां इनफॉर्मेशन जी? जी साडा फोन नंबर हैगा जी 604-762-0814, जां फिर जेकर उह सानूं ईमेल करना चाहुण तां landlordrightsofbc@gmail.com ते सानूं ईमेल भेज सकदे आ। प्लस साडी पटीशन जिहड़ी हैगी उह change.org ते वी हैगी आ, ते प्लस असीं कई थावां ते जिहड़ी हैगी उह सिग्नेचर इन परसन वी ड्राइव कर रहे हां। सो जेकर कोई लोक अपना सहयोग देण ते उह असीं चाहुंदे आ कि लोक सानूं इस गुड कॉज़ देवे जो कि पब्लिक इंट्रस्ट विच कॉज़ हैगा जी, उहदे सानूं सपोर्ट करन अते इस पटीशन ते दस्तखत करके सरकार नूं सुनेहा देण कि साडे वी कुछ दुख हैगे आ, प्लीज़ उहनां नूं सुणिया जावे जी। बहुत बहुत मेहरबानी जी, शुक्रिया। थैंक यू जी सर, मेहरबानी, शुक्रिया जी। दोस्तों बलदीप सिंह होणा नाल असीं गल्लबात कीती है। एक मसला जिहड़ा बड़े लंबे समय तो कैनेडा दे विच चलदा रहा, उहदे विच एक पटीशन, इहनां दा कॉन्टैक्ट नंबर, इहनां नाल कॉन्टैक्ट किया जा सकता ते अपनी राय उत्थे दित्ती जा सकती।